ਲਹਿਰਾ ਗਾਗਾ ਦੇ ਨੇੜਲੇ ਪਿੰਡ ਛਾਤਲੀ ਚ ਇੱਕ ਨੌਜਵਾਨ ਦੇ ਕਤਲ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨੌਜਵਾਨ ਦਾ ਕਤਲ ਕਰਕੇ ਉਸਨੂੰ ਇੱਕ ਰੇਲ ਟਰੈਕ ਤੇ ਸੁੱਟ ਦਿੱਤਾ ਸੀ ਅਤੇ ਹਜੇ ਤੱਕ ਕੋਈ ਦੋਸ਼ੀ ਨਹੀਂ ਫੜੇ ਗਏ, ਜਿਸ ਕਾਰਨ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਤਾਂ ਕਿ ਉਹਨਾਂ ਦੀ ਮੰਗ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਜਿਹੜਾ ਅਜਿਹੇ ਸਾਡੀ ਜਥੇਬੰਦੀ ਵੱਲੋਂ ਧਰਨਾ ਲਾਇਆ ਪਿਛਲੇ ਦਿਨਾਂ 'ਚ ਹੀ ਇੱਕ ਨੌਜਵਾਨ ਦੀ ਰੇਲ ਤੋਂ ਲਾਸ਼ ਮਿਲੀ ਹੈ ਅਤੇ ਜਿਹੜਾ ਪੀੜਿਤ ਪਰਿਵਾਰਾਂ ਦਾ ਕਹਿਣਾ ਵੀ ਇਹ ਕਤਲ ਕਰਿਆ ਗਿਆ। ਅੱਜ ਜਿਹੜਾ ਧਰਨਾ ਲਾਇਆ ਅਸੀਂ ਕੇਂਦਰ ਦੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਲਾਇਆ ਅਤੇ ਸਾਡੀ ਜਥੇਬੰਦੀ ਮੰਗ ਕਰਦੀ ਹੈ ਵੀ ਇਹਨਾਂ ਪਰਿਵਾਰਾਂ ਨੂੰ ਜੋ ਵੀ ਕੋਈ ਦੋਸ਼ੀ ਹੈ ਅਤੇ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਕੋਈ ਨਿਰਦੋਸ਼ ਅਤੇ ਕਾਰਵਾਈ। ਮ੍ਰਿਤਕ ਹਰਮੀਤ ਸਿੰਘ ਪੁੱਤਰ ਖੀਰਾ ਸਿੰਘ ਵਾਸੀ ਫੇਫੜੇ ਭਾਈ ਕੇ ਇਹ ਕਿਲੋਮੀਟਰ ਨੰਬਰ 98 ਦਾ ਇੱਕ ਦਰਮਿਆਨ ਰੇਲਵੇ ਸਟੇਸ਼ਨ ਸੁਨਾਮ ਛਾਜਲੀ ਲਾਸ਼ ਮਿਲੀ ਸੀ, ਜਿਹਦੀ 174 ਦੀ ਕਾਰਵਾਈ ਕੀਤੀ ਗਈ ਸੀ, ਜੋ ਕਿ ਵਾਰਸਾਂ ਵੱਲੋਂ ਕਿਸੇ 'ਤੇ ਸ਼ੱਕ ਸ਼ੁਬਾ ਨਹੀਂ ਸੀ ਕੀਤਾ ਗਿਆ। ਬਾਅਦ ਵਿੱਚ ਆ ਕੇ ਇਹਨਾਂ ਨੇ ਇੱਕ ਦਰਖਾਸਤ ਮੈਨੂੰ ਸੌਂਪੀ ਸੀ ਜਿਸ ਦੇ ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।